बुरेवाला से हमारे नुमाइंदा अजमल सियाल की रिपोर्ट के मुताबिक बुरेवाला थाना शेख फाजिल के इलाका में 112 EB में 16 साल नाबालिग ताले इलम से साथ जाति का मामला मीडिया पर चलने वाली खबरों की वजह से नया रुख इख्तियार कर गया। मुकदमे में मुलव्वस नामजद दूसरे मुलजमान इमरान और मानी ने तफ्तीशी अफिसर ASI खालिद को बयान में मजीद इंकशाफ करते हुए कहा कि मैंने मुलजमान को मना किया कि जुल्म ना करो, लेकिन मुलजमान ने मेरी बात ना मानने की बजाय मुझे जान से मार देने की नतायज पर संगीन ताए की धमकियां देते रहे और मैं सहम गया था। अब मेरी जान को खतरा है, मुलजमान मुझे जान से मार देंगे। DPO विहारी, RPO मुल्तान, IG पंजाब, वजीर आला पंजाब फौरन नोटिस लेकर कार्रवाई करें ताकि ऐसे इंसानियत सोज वाकयात दोबारा ना सकें। याद रहे कि इतमाई ज्यादती की तस्दीक डॉक्टर की जारी करदा मेडिकल रिपोर्ट में भी तस्दीक हो चुकी है। दूसरी जानब मीडिया से गुफ्तगू करते हुए इमरान ने बताया कि मैनू मेरा नाम मोहम्मद इमरान है जी। मुहम्मद ऐश वाली ज्यादती दे विच जिहड़ा जी 421 EB दे विचों मैं रैशी हाँ जी। मैं काम ते जाना 412 EB दे विच, उत्थे ये ज्यादती हुई है। तो उस बंदे ने मैनू धमकाया भी तेनू असीं फायर मार दांगे, साडी गवाही देनी आ ते इस तरह करना वा भी तेनू भी उस उन्हां ते आपां उल्टा केस पाणा वा। फिर मैनू उन्होंने कहा भी गवाह दा विच दे तू आपदा। मैनू उन्होंने फिर धमकाया, पिस्टल दिखाए भी आपदी तू गवाही दा दे भी सानू। उन्होंने गवाह कीता मारिया। अच्छा भी एक कांस्टेबल आ, उन्हों भी ये बदनाम करना चाहुंदे आ, झूठियां दरखास्तां भी दिंदे आ। ਹਾਂਜੀ ਹਾਂਜੀ ਮੈਂ ਸੁਣਿਆ ਜੀ, ਨਾਮ ਰਾਣਾ ਨੀਫ ਕਹਿ ਰਹੇ ਆ ਵੀ ਉਹ ਬੰਦਾ ਜਿਹੜਾ ਵਾ ਉਹਦੇ ਨਾਲ ਸਾਡੀ ਹੈ ਵਾ, ਅਸੀਂ ਉਹਦੇ ਨਾਲ ਕੱਢਣੀ ਆ, ਤੂੰ ਸਾਡੇ ਨਾਲ ਰਲ ਕੇ ਕਢਾ ਸਕਦਾ ਕਿਉਂਕਿ ਵਕੂਆ ਤੇਰੇ ਮੋਢੇ ਤੇ ਆ। ਉੱਤੋਂ ਤੁਸੀਂ ਕਿਸ ਤਰ੍ਹਾਂ ਗਏ? ਉਹ ਇਸ ਤਰ੍ਹਾਂ ਗਏ ਆ ਜੀ ਕਿ ਉਹ ਮੇਰੇ ਕੋਲੋਂ ਤਿੰਨੇ ਆਏ ਆ, 10 ਮਿੰਟ ਹੋਏ, ਅਸੀਂ ਛੁੱਟੀ ਕੀਤੀ ਆ ਤੇ ਘਰ ਨੂੰ ਆਉਣਾ ਸੀਗਾ। ਮੈਂ ਉਹਨਾਂ ਨੂੰ ਦੇਖ ਰਿਹਾ ਵੀ ਕਿੱਥੇ ਦਫਾ ਹੋ ਗਏ, ਘਰ ਨੂੰ ਜਾਣ ਦਾ ਟਾਈਮ ਹੋ ਗਿਆ, ਸਵੇਰ ਦੇ ਨਿਕਲੇ ਆ ਜੀ, ਸ਼ਾਮ ਨੂੰ ਘਰ ਤਾਂ ਵੜਨਾ ਜੀ। ਉਹਨਾਂ ਚੋਂ ਕਿਸੇ ਇੱਕ ਬੰਦੇ ਦਾ ਨਾਮ ਵੀ ਜਾਣਦੇ ਹੋ ਮੁਲਜ਼ਮਾਂ ਚੋਂ? ਮੁਲਜ਼ਮਾਂ ਦੇ ਵਿੱਚੋਂ ਜਿਹਦੇ ਕੋਲ ਮੈਂ ਕੰਮ ਕਰਦਾ ਸੀਗਾ ਜੀ, ਉਹਦਾ ਹੀ ਨਾਂ ਜਾਣਦਾ ਵਾਂ। ਕੀ ਨਾਂ ਦਾ? ਉਹਦਾ ਨਾਮ ਆ ਜੀ ਵਿਕਾਸ ਸਿਰਫ ਕਾਸ਼ੀ, 112 EB ਦਾ ਜੀ। ਉਹਦੇ ਕੋਲ ਮੈਂ ਕੰਮ ਤੇ ਜਾਂਦਾ ਜੀ। ਇਹ ਤਿੰਨੇ ਬੰਦੇ ਜ਼ਿਆਦਤੀ ਕਰ ਰਹੇ ਸੀ ਅਸਲ ਦੇ ਤੌਰ ਤੇ? ਹਾਂਜੀ ਬਿਲਕੁਲ ਜੀ, ਇਸੇ ਤਰ੍ਹਾਂ ਉਹ ਕਰ ਰਹੇ ਸੀਗੇ ਤੇ ਮੈਂ ਉਹਨਾਂ ਨੂੰ ਮਨਾ ਕੀਤਾ। ਉਹਨਾਂ ਨੇ ਮੇਰੀ ਗੱਲ ਦਾ ਅਸਰ ਨਹੀਂ ਕੀਤਾ, ਉਲਟਾ ਮੈਨੂੰ ਉਹਨਾਂ ਨੇ ਪਿਸਟਲ ਸਿੱਧਾ ਕੀਤਾ ਵੀ ਤੈਨੂੰ ਅਸੀਂ ਇੱਥੇ ਮਾਰ ਦੇਵਾਂਗੇ, ਨਹੀਂ ਤਾਂ ਤੇਰੇ ਨਾਲ ਵੀ ਇਹ ਕਰਾਂਗੇ ਜੋ ਇਹਦੇ ਨਾਲ ਕਰ ਰਹੇ ਹਾਂ। ਤੇ ਮੈਂ ਕੋਈ ਡਰਾਮਾ ਨਹੀਂ, ਇਹ ਗਵਾਹ ਗਵੂ ਦਾ ਡਰਾਮਾ ਜਿਹੜਾ ਉਹਨਾਂ ਨੇ ਕੋਲੋਂ ਬਣਾਇਆ ਆਪਦਾ ਛਪਾਉਣ ਵਾਸਤੇ, ਇਹਨਾਂ ਦੇ ਉੱਤੇ ਹੋਣ ਵਾਸਤੇ, ਜ਼ਿਆਦਤੀ ਕਰਕੇ ਵੀ ਉਹਨਾਂ ਦੇ ਉੱਤੇ ਪਾ ਰਹੇ ਆ। ਠੀਕ, ਹੁਣ ਤੁਹਾਡੀ ਜਾਨ ਨੂੰ ਕੋਈ ਖਤਰਾ ਤਾਂ ਨਹੀਂ? ਮੇਰੀ ਜਾਨ ਨੂੰ ਇੰਨਾ ਕੁ ਖਤਰਾ ਵਾ ਜੀ, ਮੈਂ ਇਸੇ ਤੋਂ ਆ ਬਿਆਨ ਰਿਕਾਰਡ ਕਰਵਾ ਰਿਹਾ ਵਾਂ ਕਿ DPO ਦੇ ਵਿਹਾੜੀ ਪੇਸ਼ ਹੋਵੇ ਤੇ ਉਹਨਾਂ ਅੱਗੇ ਵੀ ਗੁਜ਼ਾਰਿਸ਼ ਆ ਕਿ ਮਿਹਰਬਾਨੀ ਕਰਕੇ ਜੀ ਮੈਨੂੰ ਉਹਨਾਂ ਦੀ ਜਾਨ ਖਤਰਾ ਉਹਨਾਂ ਤੋਂ ਮੇਰੀ ਜਾਨ ਦੇ ਦੁਸ਼ਮਣ। ਇਹ ਜੇ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਤੁਸੀਂ, ਕਿਉਂਕਿ ਅੱਖਾਂ ਨਾਲ ਵੇਖਿਆ ਇਹ ਜੇ ਬੰਦਾ ਗਰਾਉਣਾ ਜਿਹੜਾ ਵਕੂਆ ਹੈ। ਜੀ ਜੀ ਬਿਲਕੁਲ, ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਆਉਣ ਵਾਲੇ ਨਸਲ ਨੂੰ ਵੀ ਪਤਾ ਚੱਲੇ ਕਿ ਕੰਮ ਹੋਇਆ ਅਤੇ ਇਹਦੇ ਵਿੱਚ ਇਸ ਤਰ੍ਹਾਂ ਹੋਈ ਸੀਗੀ, ਇੱਦਾਂ ਕੋਈ ਵੀ ਕੰਮ ਨਾ ਦੁਬਾਰਾ ਇਸ ਤਰ੍ਹਾਂ ਦਾ ਕਰੇ। ਠੀਕ ਆ, ਇੱਦਾਂ ਦੀ ਸਜ਼ਾ ਹੋਣੀ ਚਾਹੀਦੀ ਇਹਨਾਂ ਮੁਜ਼ਲਮਾਂ ਨੂੰ। ਉਹ ਮੈਨੂੰ ਡੇਲੀ ਫੋਨ 'ਤੇ ਧਮਕਾ ਰਹੇ ਆ, ਮੈਂ ਤਾਂ ਨਾ ਘਰ ਵੜਨ ਜੋਗਾ ਜੀ, ਨਾ ਬੱਚਿਆਂ 'ਚ ਬਹਿਣ ਜੋਗਾ, ਨਾ ਨੰਬਰ ਆਪਦਾ ਔਨ ਕਰ ਸਕਦਾ, ਫਰਕ ਫਿਰਦਾ ਵਾ। ਵਿਹਾੜੀ ਨਾਲ ਤੁਹਾਡਾ ਮੁਤਾਲਬਾ ਕੀ? ਮੇਰਾ ਮੁਤਾਲਬਾ ਇਹ ਜੀ ਆ ਕਿ ਮੈਨੂੰ ਵੀ ਸੇਫਟੀ ਚਾਹੀਦੀ ਆ ਜੀ, ਹਿਫਾਜ਼ਤ ਮੈਨੂੰ ਮਿਲੇ। ਠੀਕ ਆ, ਇਹਨਾਂ ਦਾ ਵੀ ਇਹਨਾਂ ਨੂੰ ਇਨਸਾਫ਼ ਮਿਲੇ, ਜਿਹੜੀ ਜ਼ਿਆਦਤੀ ਹੋਈ ਆ ਉਹਦਾ ਮੁੱਲ ਪਵੇ, ਉਹਨਾਂ 'ਤੇ ਕਾਰਵਾਈ ਕੀਤੀ ਜਾਵੇ, ਸਖ਼ਤ ਤੋਂ ਸਖ਼ਤ ਕੀਤੀ ਜਾਵੇ, ਕਿਉਂਕਿ ਉਹ ਦੁਬਾਰਾ ਸੋਚ ਨਾ ਸਕਣ ਇਸ ਚੀਜ਼ ਨੂੰ ਵੀ ਅਸੀਂ ਇਹ ਕੰਮ ਕਰਨਾ। ਸਬਸਕ੍ਰਾਈਬ ਟੂ ਆਰ ਚੈਨਲ, ਕਲਿਕਿੰਗ ਸਬਸਕ੍ਰਾਈਬ ਬਟਨ ਐਂਡ ਬੈਲ ਆਈਕਨ।